पंजाब पुलिस ने सरहद पार से चलाए जा रहे नशे के नेटवर्क को एक बड़ा झटका दिया है। अमृतसर पुलिस ने एक नशा तस्कर को गिरफ्तार करके 2 किलो आइस ड्रग पकड़ी है। पंजाब में नशे के विरुद्ध अभियान चला रही पंजाब पुलिस की ये एक और बड़ी कामयाबी है। आइस ड्रग के साथ पुलिस ने एक पिस्टल, एक मैगजीन और 5 जिंदा कारतूस भी बरामद किए हैं। एक स्मगलर नु फड़िया जिहड़ा के गागरमल पिंड दा रहण वाला सिमरनजीत सिंह और 2 किलोग्राम आइस फड़ी गई है जिन्हू केमिकल जिहदा नाम है मैथाफेटामाइन। और जिहड़ी गल इहदे च मेन गल सामने आई है कि पहली बार ये ड्रोन दे विच सामने आई है इनवैसटिगेटिंग एजेंसीज दे कि थ्रू ड्रोन ये पुश हो रही है। इहदे नाल एक 0.30 बोर दा चाइनीज़ माउजर ਅਤੇ 5 ਕਾਟਰੇਜਿਸ ਵੀ ਨਾਲ ਮਿਲੇ ਨੇ। ਰੇਟ ਵਾਲੀ ਗੱਲ ਤਾਂ ਕੋਈ ਜ਼ਿਆਦਾ ਨਹੀਂ, ਮੈਂ ਇਸ ਗੱਲ 'ਚ ਗਿਆ ਨਾ ਹੀ ਇਸ ਗੱਲ 'ਚ ਜਾਣਾ ਚਾਹੀਦਾ। ਆਪਾਂ ਤਾਂ ਤੁਹਾਨੂੰ ਇਹ ਗੱਲ ਦੱਸੀਏ ਮੇਨ ਕਿ 50 ਗ੍ਰਾਮ ਨੂੰ ਨੋਟੀਫਾਈ ਕੀਤਾ ਗਵਰਨਮੈਂਟ ਨੇ ਐਜ਼ ਕਮਰਸ਼ਲ, ਉੱਥੇ 250 ਗ੍ਰਾਮ ਹੈ। ਤਾਂ ਕਿੰਨਾ ਫਰਕ ਹੈ ਤੁਸੀਂ ਸਮਝ ਹੀ ਸਕਦੇ ਹੋ। ਵੈਪਨ ਵੀ ਜੀ ਇਹਦੇ ਜਦੋਂ ਪੁੱਛਗਿੱਛ ਮੁਤਾਬਕ ਇਹਨੇ ਦੱਸਿਆ ਵੀ ਉਹ ਮੈਂ ਕਿਸੇ ਅਲੱਗ ਬੰਦੇ ਨੂੰ ਦੇਣਾ ਸੀ ਅਤੇ ਆਈਸ ਕਿਸੇ ਅਲੱਗ ਬੰਦੇ ਨੂੰ ਦੇਣੀ ਸੀ। अमृतसर के पुलिस कमिश्नर गुरप्रीत भुल्लर ने मीडिया को बताया कि आरोपी की पहचान सिमरनजीत के रूप में हुई है। और प्रिलिमिनरी इन्वेस्टिगेशन तो सिमरनजीत सिंह ने दसिया जो कि गागरमल पिंड का रहने वाला है। गागरमल पिंड अमृतसर रूरल पुलिस स्टेशन लोपोके का रहने वाला है जी। तो वो जिहड़ा स्मगलर है इहदी मुढ़ली पुछगिछ तो यह पता लग गया कि जिहड़ी अक्रॉस द बॉर्डर नवी एक ਜਿਹੜੇ ਡਰੱਗ ਹੈ ਇਹਨੂੰ ਪੁਸ਼ ਕੀਤਾ ਜਾ ਰਿਹਾ ਸੀ। ਤੁਹਾਨੂੰ ਮੈਂ ਇਹ ਦੱਸਿਆ ਕਿ ਅਕਰੋਸ ਬਾਰਡਰ ਸਮਗਲਰ ਜਿਹੜੇ ਆ ਉਹਨਾਂ ਨੇ ਇਹਨੂੰ ਇੱਕ ਸਬਸਟੀਟਿਊਟ ਦੇ ਤੌਰ 'ਤੇ ਟ੍ਰਾਇਲ ਵਾਸਤੇ ਪੀਤਾ। ਹੁਣ ਜਿਹੜਾ ਇਹਦਾ ਰਿਸੀਵਰ ਸੀਗਾ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿ ਕੌਣ ਸੀਗਾ ਔਰ ਜਾਂ ਅੰਮ੍ਰਿਤਸਰ ਵਾਸਤੇ ਹੈ ਜਾਂ ਅਗਲੇ ਪਾਸੇ, ਉਹ ਸਾਰਾ ਉਹਦੇ ਪੁੱਛਗਿੱਛ ਤੋਂ ਹੀ ਪਤਾ ਲੱਗੇਗਾ ਜਿਹੜਾ ਬੰਦਾ ਨੈਕਸਟ ਇਹਦਾ ਰਿਸੀਵਰ ਸੀ। ਕਿਉਂਕਿ ਸਿਮਰਨਜੀਤ ਸਿੰਘ ਨੇ ਤਾਂ ਡਰੋਨ ਦੇ ਰਾਹੀਂ ਰਿਸੀਵ ਕੀਤੀ ਔਰ ਇਹਨੇ ਇਹ ਵੀ ਦੱਸਿਆ ਕਿ ਹੀਰੋਇਨ ਵੀ ਨਾਲ ਪੈਕਟਸ ਦੇ ਵਿੱਚ ਆਉਂਦੀ ਹੈ ਔਰ ਇਹ ਆਈਸ ਡਰੱਗ ਵੀ ਉਹਨੂੰ ਜਿਹੜੇ ਉਹਦੇ ਬਾਹਰਲੇ ਹੈਂਡਲਰ ਸਮਝ ਲਓ, ਸਾਥੀ ਸਮਝ ਲਓ, ਆਪਰੇਟਰਸ ਜਿਹੜੇ ਆ ਉਹਨਾਂ ਨੇ ਇਹ ਦਿੱਤੀ। ਪੁਲਿਸ ਨੇ ਬਤਾਇਆ ਕਿ ਡਰੋਨ ਕੇ ਜ਼ਰੀਏ ਭੇਜੀ ਗਈ ਇਹ ਇੱਕ ਨਈ ਡਰੱਗ ਹੈ ਜੋ ਹੀਰੋਇਨ ਕੀ ਜਗ੍ਹਾ ਪਰ ਭੇਜੀ ਜਾ ਰਹੀ ਹੈ। ਇਸੇ ਲੈਬ ਮੇ ਤਿਆਰ ਕੀਆ ਜਾਤਾ ਹੈ ਤੇ ਜਿੱਦਾਂ ਹੀਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਉਹ ਟੈਸਟ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਜਾ ਰਿਹਾ। ਇਹਦੇ 'ਚ ਬੜੀ ਸਿਗਨੀਫਿਕੈਂਟ ਗੱਲ ਇਹ ਹੈ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈਗੀ ਆਈਸ, ਇਹ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਆਉਂਦੀ ਹੈ ਜਦੋਂ ਕਿ ਹੀਰੋਇਨ ਜਿਹੜੀ ਹੈ 250 ਗ੍ਰਾਮ ਉਹ ਕਮਰਸ਼ੀਅਲ ਕੁਆਂਟਿਟੀ 'ਚ ਆਉਂਦੀ ਹੈ। ਸੋ ਆਪਾਂ ਇਮੈਜਿਨ ਕਰ ਸਕਦੇ ਹਾਂ ਕਿ ਇਹਦੀ ਜਿਹੜੀ ਡਰੱਗ ਦੀ ਇਹਦੇ 'ਚ ਅਬਿਲਿਟੀ ਟੂ ਗਿਵ ਸੰਬੜੀ ਡੋਜ਼ ਉਹ ਵੱਡੀ ਮੰਨੀ ਜਾਂਦੀ ਹੈ ਕਿਉਂਕਿ ਲੈਬ ਦੇ ਵਿੱਚ ਤਕਰੀਬਨ ਤਿਆਰ ਕੀਤੀ ਜਾਂਦੀ ਹੈ ਔਰ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ। ਸੋ ਮੈਂ ਸਾਰੀ ਟੀਮ ਨੂੰ ਮਿਸਟਰ ਹਰਪ੍ਰੀਤ ਮੰਡੇਰ DCP ਸਾਹਿਬ, ਮਿਸਟਰ ਅਭਿਮਨਿਊ ਰਾਣਾ ਸਾਡੇ ADCP ਸਾਹਿਬ, ਕਮਲਜੀਤ ਜੀ ਔਰ ਅਮੋਲਕਦੀਪ ਸਾਡੇ CIA 1 ਦੇ, ਇਹਨਾਂ ਸਾਰਿਆਂ ਤੋਂ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ। ਇਟਸ ਅ ਵੈਰੀ ਬਿਗ ਰਿਕਵਰੀ ਔਰ ਇਹਦੇ 'ਚ ਅਸੀਂ ਜਿਹੜੀ ਅੱਗੇ ਪੁੱਛਗਿੱਛ ਹੈ ਉਹ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਰਹੂਗੀ। ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਰਿਮਾਂਡ ਲਵਾਂਗੇ। पुलिस को पता चला है कि नशे की इस खेप को भेजने के पीछे पाकिस्तानी स्मगलर्स का हाथ है। ये भी पता लग गया कि जड़ा क्योंकि पुलिस स्टेशन छियाटे का मुकदमा है तो ये पहला भी ये जड़ा इन्हें कोल कंसाइनमेंट्स कुछ आई हैं और वो भी असी सारा जड़ा उन्हों
ਅਨਰੈਵਲ ਕਰਾਂਗੇ। ਪਾਕਿਸਤਾਨੀ ਸਮੱਗਲਰਾਂ ਦੇ ਵੀ ਨਾਮ ਆਏ ਨੇ, ਪਠਾਨ ਅਤੇ ਅਮੇਰ, ਉਹ ਵੀ ਸਾਰਾ। ਔਰ ਇਹਦੇ 'ਚੋਂ ਜਿਹੜੀ ਮੇਨ ਇੰਟਰਸਟਿੰਗ ਗੱਲ ਇਹ ਵੀ ਆਈ ਹੈ ਕਿ ਜਿਹੜੀ ਜਿਹੜੀ ਡਰੋਨ ਲੈਂਡਿੰਗ ਦੇ ਗੂਗਲ ਸਾਈਟ ਸੀ ਉਹ ਵੀ ਅਸੀਂ ਰਿਟਰੀਵ ਕੀਤੀਆਂ, ਉਹਨਾਂ 'ਤੇ ਵੀ ਵਰਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਜਾ ਕੇ ਕਿੱਦਾਂ ਕਿੱਦਾਂ ਕੰਸਾਈਨਮੈਂਟਸ ਪਿਕਅਪ ਕਰ ਰਹੇ ਸੀ। ਉਹ ਬੜੀ ਸਿੰਪਲ ਗੱਲ ਹੈ, ਜੋ ਇਹਨੇ ਦੱਸਿਆ ਸੀ ਉਹ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ, ਕਿਉਂਕਿ ਇਹ ਤੋਂ ਅਸੀਂ ਇਹ ਗੱਲ ਪ੍ਰਿਲਿਮਨਰੀ ਇਨਵੈਸਟੀਗੇਸ਼ਨ 'ਚ ਪੁੱਛੀ ਸੀ ਕਿ ਕਿਉਂ ਇਹ ਨਵੀਂ ਡਰੱਗ ਪਹਿਲੀ ਵਾਰ ਇੱਦਾਂ ਹੋਈ ਹੈ। ਉਹ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਇਹ ਵੀ ਮਤਲਬ ਇਹਦੀ ਕਿੱਕ ਵੀ ਅੱਛੀ ਮੰਨੀ ਜਾਂਦੀ ਹੈ, ਔਰ ਜੋ ਵੀ ਸਮਗਲਰਸ ਦਾ ਮੋਡਸ ਪਰੈਂਡੀ ਹੁੰਦਾ ਉਹਦੇ 'ਚ ਇਹ ਗੱਲ ਸਾਰੀ ਆਈ ਹੈ। ਬਾਕੀ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਹੋਰ ਕਲੀਅਰ ਹੋਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਦਿਸ਼ਾ ਨਿਰਦੇਸ਼ ਪਰ ਨਸ਼ੇ ਕੇ ਵਿਰੁੱਧ ਸ਼ੁਂਰੂ ਕੀ ਗਈ ਜੰਗ ਕੇ ਦੌਰਾਨ ਪੰਜਾਬ ਪੁਲਿਸ ਕੋ ਏਕ ਕੇ ਬਾਅਦ ਏਕ ਕਾਮਯਾਬੀ ਮਿਲ ਰਹੀ ਹੈ। ਅਮਿਤ ਪਾਂਡੇ ਕੇ ਸਾਥ ਬਿਊਰੋ ਰਿਪੋਰਟ, ਨਿਊਜ਼ 24।